ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਪ੍ਰਾਈਮ ਹਿਸਟਰੀ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਪਿਆਰੇ ਦਰਸ਼ਕੋ, ਪਿਛਲੇ ਕੁਝ ਪ੍ਰੋਗਰਾਮਸ ਤੋਂ ਅਸੀਂ ਇੱਕ ਲੜੀ ਸ਼ੁਰੂ ਕੀਤੀ ਹੋਈ ਹੈ, ਜਿਸ ਲੜੀ ਦੇ ਵਿੱਚ ਡਾਕਟਰ ਵਰਿਆਮ ਸਿੰਘ ਸੰਧੂ ਸਾਨੂੰ ਇਹ ਦੱਸ ਰਹੇ ਨੇ ਕਿ ਅਮਰੀਕਾ ਦੀ ਧਰਤੀ ਦੇ ਉੱਪਰ ਗਦਰ ਲਹਿਰ ਜਿਹੜੀ ਹੈ ਉਹ ਕਿਵੇਂ ਸ਼ੁਰੂ ਹੋਈ, ਗਦਰ ਪਾਰਟੀ ਦਾ ਮੁੱਢ ਕਿਵੇਂ ਬੱਝਾ, ਫਿਰ ਯੁਗਾਂਤਰ ਆਸ਼ਰਮ ਅਤੇ ਗਦਰ ਅਖਬਾਰ। ਆਓ ਜੀ, ਅਗਲੀ ਗੱਲਬਾਤ ਕਰਦੇ ਹਾਂ ਡਾਕਟਰ ਸੰਧੂ ਹੁਣਾਂ ਦੇ ਨਾਲ। ਡਾਕਟਰ ਸਾਹਿਬ, ਪ੍ਰਾਈਮ ਏਸ਼ੀਆ ਦੇ ਸਟੂਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸ਼ੁਕਰੀਆ ਜੀ। ਪਿਛਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਬੜੀ ਬਾਰੀਕੀ ਦੇ ਨਾਲ ਸਾਨੂੰ ਦੱਸਿਆ ਕਿ ਗਦਰ ਅਖਬਾਰ ਲੱਖਾਂ ਦੀ ਗਿਣਤੀ ਦੇ ਵਿੱਚ ਪ੍ਰਕਾਸ਼ਿਤ ਹੋਣੀ ਸ਼ੁਰੂ ਹੋ ਗਈ, ਇੱਕ ਤਰ੍ਹਾਂ ਦਾ ਦੇਸ਼ ਵਿਦੇਸ਼ ਦੇ ਵਿੱਚ ਜਦੋਂ ਸਰਕੂਲੇਟ ਹੋਈ ਤਾਂ ਇਨਕਲਾਬ ਆਉਣਾ ਸ਼ੁਰੂ ਹੋ ਗਿਆ। ਜਦੋਂ ਬ੍ਰਿਟਿਸ਼ ਸਾਮਰਾਜ ਨੂੰ ਇਸ ਚੀਜ਼ ਦਾ ਪਤਾ ਲੱਗਾ ਤਾਂ ਉਹਨਾਂ ਨੇ ਪਾਬੰਦੀ ਲਾ ਦਿੱਤੀ, ਜਿਹੜੀ ਉਹਨਾਂ ਦੀ ਸਰਕੂਲੇਸ਼ਨ ਆ ਉਹ ਉਹਨਾਂ ਨੂੰ ਜਦੋਂ ਬੰਦਰਗਾਹਾਂ ਤੋਂ ਜਾਂਦਾ ਸੀ ਅਖਬਾਰ ਉਹਨਾਂ ਨੂੰ ਬੰਦ ਕਰ ਦਿੱਤਾ। ਸੋ ਇਸ ਪਾਬੰਦੀ ਦੇ ਬਾਵਜੂਦ ਵੀ ਦੇਸ਼ ਭਗਤਾਂ ਨੇ ਹੋਰ ਜ਼ਰੀਏ, ਹੋਰ ਰਾਹ, ਰੂਸ ਦੇ ਜ਼ਰੀਏ ਜਾਂ ਅਫਗਾਨਿਸਤਾਨ ਦੇ ਜ਼ਰੀਏ ਵੀ ਆਪਣੀ ਅਖਬਾਰ ਜਿਹੜੀ ਹੈ ਉਹ ਸਰਕੂਲੇਟ ਕੀਤੀ। ਹਾਲਾਂਕਿ ਤੁਸੀਂ ਦੱਸਿਆ ਕਿ ਵੀ ਕਿੰਨਾ ਕਠਿਨ ਕਾਰਜ ਸੀ, ਹਫ਼ਤਾਵਾਰੀ ਅਖਬਾਰ ਸੀ, ਮੁਸ਼ਕਲਾਂ ਵੀ ਆਈਆਂ। ਡਾਕਟਰ ਸਾਹਿਬ, ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਗਦਰ ਪਾਰਟੀ ਦੇ ਸਾਰੇ ਕਾਰਜ ਜਿਨ੍ਹਾਂ ਦੇ ਵਿੱਚ ਗਦਰ ਅਖਬਾਰ ਵੀ ਸ਼ਾਮਿਲ ਆ, ਇਸ ਤੋਂ ਬਾਅਦ ਇਹਨਾਂ ਨੂੰ ਅਗਲੇ ਭਵਿੱਖ ਦੇ ਵਿੱਚ ਕਿਹੜੇ ਕਿਹੜੇ ਇਹਨਾਂ ਦੇ ਮੁੱਖ ਮੁੱਦੇ ਸੀਗੇ ਔਰ ਇਹਨਾਂ ਮੁੱਦਿਆਂ ਦੇ ਉੱਪਰ ਬਰੀਕੀ ਦੇ ਨਾਲ ਸਾਰੇ ਦੇਸ਼ ਭਗਤਾਂ ਨੇ ਕਿਵੇਂ ਕੰਮ ਕੀਤਾ, ਔਰ ਜਦੋਂ ਕਹਿੰਦੇ ਨਾ ਕਿ ਵੀ ਸਾਰਾ ਇਨਕਲਾਬ ਆਉਣਾ ਸ਼ੁਰੂ ਹੋਇਆ ਔਰ ਗਦਰੀ ਜਿਹੜੇ ਸੀਗੇ ਉਹਨਾਂ ਨੇ ਭਾਰਤ ਦੇ ਵੱਲ, ਹਿੰਦੁਸਤਾਨ ਵੱਲ ਜਾਣੇ ਸ਼ੁਰੂ ਹੋਏ, ਇਸ ਚੀਜ਼ ਨੂੰ ਸਾਰਾ ਥੋੜ੍ਹਾ ਜਿਹਾ ਵਿਸਥਾਰ ਦੇ ਨਾਲ ਜਾਣਕਾਰੀ ਦਿਓ ਜੀ। ਇਹ ਆਪਾਂ ਅੱਗੇ ਜਾ ਕੇ ਸਾਰੀਆਂ ਗੱਲਾਂ ਹੌਲੀ ਹੌਲੀ ਕਰਾਂਗੇ। ਜਿਹੜੀ ਤੁਸੀਂ ਗੱਲ ਕਰਦੇ ਪਏ ਨਾ ਕਿ ਇੱਕ ਤਰੀਕੇ ਨਾਲ ਤੁਸੀਂ ਇਹ ਕਹਿ ਰਹੇ ਹੋ ਕਿ ਉਹਨਾਂ ਦਾ ਜਿਹੜਾ ਇੱਕ ਸਿਧਾਂਤਕ ਚੌਕਟਾ ਜਿਹੜਾ ਸੀ ਕੀ ਸੀ, ਉਹਦਾ ਵਿਚਾਰਧਾਰਕ ਪਰਪੇਖ ਜਿਹੜਾ ਸੀਗਾ ਉਹ ਕੀ ਸੀ ਸਮੁੱਚੇ ਗਦਰ ਅਖਬਾਰ ਦਾ, ਜਿਹੜਾ ਉਹਨਾਂ ਨੇ ਲੋਕਾਂ ਤੱਕ ਪਹੁੰਚਾਇਆ ਔਰ ਲੋਕਾਂ ਨੂੰ ਜਾਗਰਿਤ ਕੀਤਾ। ਤੋ ਇਹ ਸਾਨੂੰ ਕੁਛ ਗੱਲਾਂ ਜਿਹੜੀਆਂ ਨੇ ਨਾ ਉਹਨਾਂ ਨੇ ਪਹਿਲੇ ਪਰਚੇ ਵਿੱਚ ਹੀ ਸਾਫ਼ ਕਰ ਦਿੱਤੀਆਂ ਸੀ ਬੜੀਆਂ ਖੂਬਸੂਰਤ ਤਰੀਕੇ ਦੇ ਨਾਲ। ਇੱਕ ਉਹਨਾਂ ਦਾ ਆਰਟੀਕਲ ਸੀ, ਸਾਡਾ ਕੰਮ ਅਤੇ ਸਾਡਾ ਨਾਂ, ਠੀਕ ਹੈ। 1 ਨਵੰਬਰ 1913 ਨੂੰ ਜਿਹੜਾ ਪਰਚਾ ਗਦਰ ਦਾ ਨਿਕਲਦਾ ਉਹਦੇ ਸਾਡਾ ਕੰਮ ਅਤੇ ਸਾਡਾ ਨਾਂ ਜਿਹੜਾ ਸਿਕਨੀ ਉਹਦੇ ਤਹਿਤ ਉਹਨਾਂ ਨੇ ਪੂਰੀ ਵਜ਼ਾਹਤ ਕੀਤੀ। ਸਾਡਾ ਨਾਂ ਤਾਂ ਉਹਨਾਂ ਨੇ ਕਿਹਾ ਵੀ ਸਾਡਾ ਨਾਂ ਕੀ ਆ, ਸਾਡਾ ਨਾਂ ਕਹਿੰਦੇ ਗਦਰ, ਸਾਡਾ ਕੰਮ ਕੀ ਆ ਗਦਰ, ਇਹ ਗਦਰ ਹੋਣਾ ਕਿੱਥੇ ਆ, ਇਹ ਹਿੰਦੁਸਤਾਨ ਵਿੱਚ ਹੋਣਾ ਆ, ਕਦੋਂ ਹੋਣਾ ਆ, ਥੋੜ੍ਹੇ ਜਿਹੇ ਸਾਲਾਂ ਵਿੱਚ ਹੋਣਾ ਆ, ਇਹ ਕਿਉਂ ਹੋਣਾ ਆ, ਇਸ ਕਰਕੇ ਹੋਣਾ ਹੈ ਕਿਉਂਕਿ ਅੰਗਰੇਜ਼ ਸਰਕਾਰ ਜਿਹੜੀ ਆ ਇਹਦੇ ਜ਼ੁਲਮਾਂ ਦੇ ਨਾਲ ਲੋਕ ਜਿਹੜੇ ਨੇ ਤਰ੍ਹਾਂ ਤਰ੍ਹਾਂ ਕਰਦੇ ਪਏ ਨੇ ਔਰ ਅਸੀਂ ਉਹਨਾਂ ਦੇ ਜ਼ੁਲਮਾਂ ਤੋਂ ਮੁਕਤ ਕਰਾਉਣਾ ਹੈ ਆਪਣੇ ਮੁਲਕ ਨੂੰ। ਇਹ ਗੱਲ ਕਹਿ ਕੇ ਅਤੇ ਉਹ ਅੱਗੇ ਸਾਰੇ ਆਰਟੀਕਲ ਵਿੱਚ ਜਿਹੜੀਆਂ ਗੱਲਾਂ ਕਰਦੇ ਨਾ ਉਹਨਾਂ ਵਿੱਚੋਂ ਸਭ ਤੋਂ ਪਹਿਲੀ ਜਿਹੜੀ ਗੱਲ ਉਹਨਾਂ ਨੇ ਕਹੀ ਨਾ ਉਹ ਉੱਥੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ। ਉਹ ਸਭ ਤੋਂ ਪਹਿਲੀ ਗੱਲ ਉਹਨਾਂ ਨੇ ਕਿਹਾ ਕਿ ਅੱਜ 1 ਨਵੰਬਰ 1913 ਤੋਂ, ਠੀਕ ਹੈ, ਇੱਕ ਨਵਾਂ ਸੰਮਤ ਸ਼ੁਰੂ ਹੁੰਦਾ ਹੈ ਜੀ, ਕਿਉਂਕਿ ਅੱਜ ਦੇ ਦਿਨ ਪਰਦੇਸੀ ਧਰਤੀ ਤੋਂ ਦੇਸੀ ਜ਼ਬਾਨਾਂ ਦੇ ਵਿੱਚ ਅੰਗਰੇਜ਼ ਸਾਮਰਾਜ ਦੇ ਖਿਲਾਫ ਜੰਗ ਛੇੜ ਦਿੱਤੀ ਗਈ ਹੈ, ਠੀਕ ਹੈ। ਇੱਕ ਬਹੁਤ ਬੁਨਿਆਦੀ ਗੱਲ ਹੈ ਇਹਦੇ ਵਿੱਚ ਕਹੀ ਉਹਨਾਂ ਨੇ, ਪਰਦੇਸੀ ਧਰਤੀ ਤੋਂ ਅੰਗਰੇਜ਼ ਸਾਮਰਾਜ ਦੇ ਵਿਰੁੱਧ ਦੇਸੀ ਜ਼ਬਾਨਾਂ ਵਿੱਚ ਜੰਗ ਛੇੜ ਦਿੱਤੀ ਗਈ। ਇਹ ਜਿਹੜੀਆਂ ਦੇਸੀ ਜ਼ਬਾਨਾਂ ਨੇ ਨਾ ਇਹਦੇ ਪਿੱਛੇ ਇੱਕ ਬੜਾ ਵੱਡਾ ਅਰਥ ਛੁਪਿਆ ਹੋਇਆ, ਕਿਉਂਕਿ ਸਾਡੇ ਕੋਲੋਂ ਜਦੋਂ ਅੰਗਰੇਜ਼ ਹਿੰਦੁਸਤਾਨ ਵਿੱਚ ਵੀ ਆਉਂਦਾ ਅਤੇ ਜਦੋਂ ਪੰਜਾਬ ਵਿੱਚ ਵੀ ਆਉਂਦਾ ਉਹਨਾਂ ਨੇ ਸਾਡੇ ਕੋਲੋਂ ਸਾਡੀ ਜ਼ਬਾਨ ਖੋਲ੍ਹੀ ਜੀ। ਸਾਡੀ ਜ਼ਬਾਨ ਖੋਹ ਲੈਣ ਦਾ ਮਤਲਬ ਇਹ ਸੀ ਸਾਨੂੰ ਆਪਣੀ ਜ਼ਬਾਨ ਨੂੰ ਵਿਛੋੜ ਕੇ, ਵਿਛੁਣ ਕੇ, ਵਿਜੋਗ ਕੇ ਉਹਨਾਂ ਨੇ ਅੰਗਰੇਜ਼ੀ ਜਿਹੜੀ ਰਹਿਤਲ ਸੀ, ਅੰਗਰੇਜ਼ੀ ਜਿਹੜੀ ਜ਼ਬਾਨ ਸੀਗੀ ਉਹਦਾ ਸਿੱਕਾ ਸਾਡੇ ਉੱਤੇ ਇਸ ਤਰੀਕੇ ਨਾਲ ਬਿਠਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਆਪਣੀ ਜ਼ਬਾਨ ਨੂੰ ਹੀਣੀ ਜ਼ਬਾਨ, ਨੀਵੀਂ ਜ਼ਬਾਨ, ਮਾੜੀ ਜ਼ਬਾਨ ਜਿਹੜੀ ਸੀ ਉਹ ਸਮਝਣ ਲੱਗ ਪਏ। ਜਦੋਂ ਅਸੀਂ ਆਪਣੀ ਜ਼ਬਾਨ ਨਾਲ ਟੁੱਟ ਜਾਂਦੇ ਹਾਂ ਨਾ ਅਤੇ ਆਪਾਂ ਆਪਣੇ ਇਤਿਹਾਸ ਨਾਲੋਂ, ਆਪਣੀ ਵਿਰਾਸਤ ਨਾਲੋਂ, ਆਪਣੇ ਪੁਰਾਣੇ ਜਿਹੜੇ ਸਾਡੇ ਸੰਸਕਾਰ ਪਏ ਹੋਏ ਨੇ ਚੰਗੇ ਉਹਨਾਂ ਦੇ ਨਾਲੋਂ ਟੁੱਟ ਜਾਂਦੇ ਹਾਂ, ਕਿਉਂਕਿ ਤੁਸੀਂ ਉਹ ਸਾਰੇ ਕੁਛ ਨੂੰ ਹੁਣ ਜਾਣ ਨਹੀਂ ਸਕਦੇ, ਉਹਨੂੰ ਪੜ੍ਹ ਨਹੀਂ ਸਕਦੇ, ਠੀਕ ਹੈ। ਇਸ ਕਰਕੇ ਜਦੋਂ ਵੀ ਕੋਈ ਇਨਕਲਾਬ ਆਇਆ ਹੈ ਨਾ ਉਸ ਵੇਲੇ ਵੀ ਆਪਣੀ ਦੇਸੀ ਜ਼ਬਾਨ ਜਿਹੜੀ ਸਿੱਖਣੀ ਉਹਨੂੰ ਲੋਕਾਂ ਨੇ, ਆਗੂਆਂ ਨੇ ਪ੍ਰਮੁੱਖਤਾ ਦੇ ਕੇ ਅਤੇ ਉਹਦੇ ਵਿੱਚ ਆਪਣਾ ਪ੍ਰਚਾਰ ਕੀਤਾ। ਮਸਲਨ ਮੁੜ ਤੋਂ ਆਪਾਂ ਗੱਲ ਕਰਦੇ ਹਾਂ ਜਦੋਂ ਮਹਾਤਮਾ ਬੁੱਧ ਜਿਹੜਾ ਸੀਗਾ ਉਹ ਲੋਕਾਂ ਨੂੰ ਸੰਦੇਸ਼ ਦੇਣਾ ਸ਼ੁਰੂ ਕਰਦਾ ਹੈ ਤਾਂ ਉਹਨੇ ਉਸ ਵੇਲੇ ਜਿਹੜੀ ਲੋਕਾਂ ਦੀ
ਜਾਣੀ ਪਛਾਣੀ ਜ਼ਬਾਨ ਸੀ ਪਾਲੀ ਜ਼ਬਾਨ, ਠੀਕ ਹੈ, ਉਹਦੇ ਵਿੱਚ ਸੰਦੇਸ਼ ਦੇਣਾ ਸ਼ੁਰੂ ਕੀਤਾ। ਚਾਹੇ ਗੁਰੂ ਨਾਨਕ ਸਾਹਿਬ ਜਿਹੜੇ ਨੇ ਜਦੋਂ ਆਪਣਾ ਸੰਦੇਸ਼ ਦਿੰਦੇ ਨੇ ਜਗਤ ਨੂੰ ਤਾਂ ਉਹ ਸੰਦੇਸ਼ ਦਿੰਦੇ ਨੇ ਉਸ ਜ਼ਬਾਨ ਦੇ ਵਿੱਚ ਜਿਹੜੀ ਪੰਜਾਬੀ ਵੀ ਆ, ਜਿਹੜੀ ਸਾਧ ਭਾਖਾ ਦੇ ਤੌਰ 'ਤੇ ਜਾਣੀ ਜਾਂਦੀ ਹੈ, ਜਿਹੜੀ ਸਾਰੇ ਹਿੰਦੁਸਤਾਨ ਵਿੱਚ ਸਮਝੀ ਜਾਂਦੀ ਸੀ, ਥੋੜ੍ਹੀ ਥੋੜ੍ਹੀ ਖੜੀ ਹਿੰਦੀ ਅਤੇ ਪੰਜਾਬੀ ਦਾ ਮਿਸ਼ਰਣ ਸੀਗਾ। ਮਤਲਬ ਕਿਉਂਕਿ ਜੇ ਤੁਸੀਂ ਆਪਣਾ ਸੁਨੇਹਾ ਦੇਣਾ ਅਤੇ ਉਹ ਸੁਨੇਹਾ ਜੇ ਲੋਕਾਂ ਤੱਕ ਪਹੁੰਚ ਹੀ ਨਹੀਂ ਕਰ ਸਕਦਾ ਤਾਂ ਉਹ ਸੁਨੇਹੇ ਦੇਣ ਦਾ ਅਰਥ ਕੋਈ ਨਹੀਂ ਕਰਿਆ ਜਾਂਦਾ। ਬਿਲਕੁਲ, ਇਸ ਕਰਕੇ ਗਦਰੀਆਂ ਨੇ ਵੀ ਕਿਹਾ ਕਿ ਅਸੀਂ ਜੇ ਆਪਣਾ ਸੁਨੇਹਾ ਦੇਣਾ ਅਤੇ ਆਪਣੀ ਮਾਤ ਭਾਸ਼ਾਵਾਂ ਵਿੱਚ ਦੇਣਾ ਅਤੇ ਆਪਣੀ ਦੇਸੀ ਜ਼ਬਾਨਾਂ 'ਚ ਦੇਣਾ। ਔਰ ਉਹਨਾਂ ਨੇ ਪੰਜਾਬੀ ਵਿੱਚ, ਉਰਦੂ ਵਿੱਚ, ਅੱਗੇ ਹਿੰਦੀ ਵਿੱਚ, ਗੁਜਰਾਤੀ ਵਿੱਚ ਅਤੇ ਜਿਹੜੀ ਬਲੋਚੀ ਜਾਂ ਪਸ਼ਤੋ, ਇਹਦੇ ਵਿੱਚ ਵੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ। ਆਪਾਂ ਜੇ ਇਸ ਗੱਲ ਨੂੰ ਥੋੜ੍ਹਾ ਜਿਹਾ ਇਸ ਤਰੀਕੇ ਨਾਲ ਵੀ ਜਾਣਨ ਦੀ ਕੋਸ਼ਿਸ਼ ਕਰੀਏ ਕਿ ਜ਼ਬਾਨ ਦਾ ਮਹੱਤਵ ਕੀ ਹੁੰਦਾ, ਤਾਂ ਆਪਾਂ ਇਹ ਜਾਣ ਸਕਦੇ ਹਾਂ ਕਿ ਜਦੋਂ ਅੰਗਰੇਜ਼ ਪੰਜਾਬ 'ਤੇ ਕਬਜ਼ਾ ਕਰਦੇ ਨੇ ਤਾਂ ਉਹਨਾਂ ਨੇ ਘਰ ਘਰ ਵਿੱਚ ਛਾਪੇ ਮਾਰ ਕੇ, ਜਿੱਥੇ ਹਥਿਆਰ ਕੋਈ ਲੁਕਾਇਆ ਹੋਇਆ ਸੀ ਕਿਸੇ ਦਾ, ਉਹ ਹਥਿਆਰ ਉਹਨਾਂ ਨੇ ਉੱਥੋਂ ਖੋਏ। ਉੱਥੇ ਨਾਲ ਦੇ ਨਾਲ ਉਹਨਾਂ ਨੇ ਜਿਹੜੀਆਂ ਕਿਤਾਬਾਂ ਜਾਂ ਕਾਇਦੇ ਪਏ ਸੀ ਪੰਜਾਬੀ ਜ਼ਬਾਨ ਦੇ, ਉਹ ਵੀ ਸਾਰੇ ਇਕੱਠੇ ਕਰਕੇ ਉਹਨਾਂ ਨੂੰ ਇੱਕ ਥਾਂ ਇਕੱਠੇ ਕਰਕੇ ਉਹਨਾਂ ਦੀ ਹੋਲੀ ਬਾਲੀ ਸਾੜ ਦਿੱਤੀਆਂ। ਉਹ ਇੱਕ ਤਰੀਕੇ ਨਾਲ ਜਦੋਂ ਸਾਡੀਆਂ ਕਿਤਾਬਾਂ ਸੜ ਰਹੀਆਂ ਸੀ ਤਾਂ ਸਮਝੋ ਸਾਡੀ ਪੰਜਾਬ ਦੀ ਕਿਸਮਤ ਜਿਹੜੀ ਸੀਗੀ ਉਹ ਸੜਦੀ ਪਈ ਸੀਗੀ। ਤੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਅੰਗਰੇਜ਼ਾਂ ਨੇ ਕਿ ਜੇ ਤੁਸੀਂ ਸਾਡੇ ਥਾਣਿਆਂ ਦੇ ਵਿੱਚ ਜਮ੍ਹਾਂ ਕਰਾਓਗੇ ਲੁਕਾਇਆ ਹੋਇਆ ਹਥਿਆਰ ਤਾਂ ਤੁਹਾਨੂੰ ਇੱਕ ਆਨਾ ਨਾਮ ਦੇਵਾਂਗੇ, ਜੇ ਕੋਈ ਲੁਕਾਇਆ ਹੋਇਆ ਕਾਇਦਾ ਜਾਂ ਕਿਤਾਬ ਦਿਓਗੇ ਤਾਂ ਤੁਹਾਨੂੰ 6 ਆਨੇ ਇਨਾਮ ਦੇਵਾਂਗੇ। ਤੋ 6 ਆਨੇ ਇਨਾਮ ਦੇਣਾ ਜ਼ਬਾਨ ਦੇ ਕਾਇਦੇ ਵਾਸਤੇ ਜਾਂ ਕਿਤਾਬ ਵਾਸਤੇ ਦੱਸਦਾ ਹੈ ਕਿ ਜ਼ਬਾਨ 6 ਗੁਣਾ ਵੱਧ ਖਤਰਨਾਕ ਹਥਿਆਰ ਸੀਗੀ ਲੋਹੇ ਦੇ ਹਥਿਆਰ ਦੇ ਨਾਲੋਂ। ਤੋ ਸਾਡੀ ਜ਼ਬਾਨ ਖੋਲ੍ਹੀ ਸੀ ਅੰਗਰੇਜ਼ਾਂ ਨੇ, ਸਾਡੇ ਗਦਰੀਆਂ ਨੇ ਸਾਡੀ ਜ਼ਬਾਨ ਦੇ ਨਾਲ ਫਿਰ ਸਾਡਾ ਨਾਤਾ ਜੋੜਿਆ ਔਰ ਆਪਣੀ ਜ਼ਬਾਨ ਵਿੱਚ ਜਿਹੜਾ ਸੀਗਾ ਉਹ ਪਰਚਾ ਕੱਢਿਆ। ਇੱਕ ਤਾਂ ਇਹ ਗੱਲ ਬੜੀ ਮਹੱਤਵਪੂਰਨ ਸੀ ਗਦਰੀਆਂ ਦੀ। ਜੀ ਡਾਕਟਰ ਸਾਹਿਬ, ਐਕਚੁਲੀ ਮੈਂ ਜ਼ਬਾਨ ਬਾਰੇ ਤੁਹਾਡੇ ਕੋਲ ਇੱਕ ਹੋਰ ਸਵਾਲ ਕਰਨਾ ਚਾਹਾਂਗਾ, ਲੇਕਿਨ ਸਮਾਂ ਇੱਕ ਬ੍ਰੇਕ ਤਾਂ ਹੋ ਗਿਆ, ਸੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਪਰਦੇ ਹਾਂ ਜੀ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਹਿਸਟਰੀ ਦੇ ਵਿੱਚ, ਔਰ ਗਦਰ ਪਾਰਟੀ ਦਾ ਸਾਰਾ ਇਤਿਹਾਸ ਸਾਡੇ ਨਾਲ ਸਾਂਝਾ ਕਰ ਰਹੇ ਨੇ ਉੱਘੇ ਲੇਖਕ ਡਾਕਟਰ ਵਰਿਆਮ ਸਿੰਘ ਸੰਧੂ। ਆਓ ਜੀ ਉਹਨਾਂ ਦੇ ਨਾਲ ਅਗਲੀ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਤੁਸੀਂ ਦੱਸ ਰਹੇ ਸੀ ਕਿ ਜਦੋਂ ਪਹਿਲਾ ਪਰਚਾ ਗਦਰ ਅਖਬਾਰ ਦਾ ਕੱਢਿਆ ਗਿਆ ਅਤੇ ਉਹਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਜਿਹੜੇ ਆਪਣੇ ਉਦੇਸ਼ ਸੀਗੇ ਉਹਨਾਂ ਨੇ ਕਲੀਅਰ ਕੀਤੇ, ਉਹਨਾਂ ਨੇ ਆਪਣੀਆਂ ਜਿਹੜੀਆਂ ਦੇਸੀ ਜ਼ੁਬਾਨਾਂ ਸੀ ਉਹਦੇ ਨਾਲ ਜੋੜਿਆ। ਡਾਕਟਰ ਸਾਹਿਬ, ਜ਼ੁਬਾਨਾਂ ਦੀ ਗੱਲ ਵੀ ਆਪਾਂ ਕਰਦੇ ਹਾਂ, ਪਰ ਇੱਥੇ ਕਿਤੇ ਨਾ ਕਿਤੇ ਪਹਿਲਾਂ ਬਹੁਤ ਸਮਾਂ ਪਹਿਲਾਂ ਮੈਂ ਪੜ੍ਹਿਆ ਸੀਗਾ ਕਿ ਗਦਰ ਪਾਰਟੀ ਦੇ ਵਿੱਚ ਉਹਨਾਂ ਨੇ ਜਿਹੜਾ ਸੀਗਾ ਜ਼ਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਸੀ, ਜਿਹਦੇ ਵਿੱਚ ਮੁਸਲਮਾਨ ਵੀਰ ਔਰ ਸਿੱਖ ਔਰ ਹਿੰਦੂ ਵੀਰ ਵੀ ਸਾਰੇ ਕੰਮ ਕਰਦੇ ਸੀਗੇ, ਔਰ ਉਹਨਾਂ ਨੇ ਧਰਮ ਗਦਰ ਪਾਰਟੀ ਦੇ ਵਿੱਚ ਰਲਗੜ ਨਹੀਂ ਸੀ ਕੀਤਾ। ਜਿੱਦਾਂ ਤੁਸੀਂ ਕਿਹਾ ਨਾ ਕਿ ਜ਼ੁਬਾਨਾਂ ਜਿਹੜੀਆਂ ਨੇ ਉਹਨਾਂ ਨੂੰ ਉਹਨਾਂ ਨੇ ਉਤਸ਼ਾਹ ਦਿੱਤਾ ਆਪਣੀਆਂ ਜ਼ੁਬਾਨਾਂ ਨੂੰ, ਉਸ ਤਰੀਕੇ ਨਾਲ ਉਹਨਾਂ ਨੇ ਜਿਹੜੀ ਧਰਮ ਦੀ ਗੱਲ ਮੈਂ ਕਰ ਇਹਦੇ ਬਾਰੇ ਵੀ ਥੋੜ੍ਹਾ ਜਿਹਾ ਬਰੀਕੀ ਨਾਲ ਦੱਸੋ। ਇਹ ਤਾਂ ਸੁਪਰ ਜੀ ਬਹੁਤ ਤੁਸੀਂ ਬੁਨਿਆਦੀ ਮਹੱਤਵ ਵਾਲੀ ਗੱਲ ਕਹੀ ਆ ਜੀ, ਕਿ ਮੈਂ ਕਹਿੰਦਾ ਕਿ ਸਾਡੇ ਜਿਹੜਾ ਇਹ ਪਿਛਲਾ 2 ਸਦੀਆਂ ਦਾ ਇਤਿਹਾਸ ਹੈਗਾ ਜੀ, ਜਿਹਦੇ ਵਿੱਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇਸ਼ ਦੇ ਸਿਆਸੀ ਮੰਚ ਉੱਤੇ ਹਾਜ਼ਰ ਹੁੰਦੀਆਂ ਨੇ, ਇਹ ਪਹਿਲੀ ਪਾਰਟੀ ਹੈ ਜਿਹੜੀ ਬੜੇ ਸਾਫ ਵਾਜ਼ਿਆ ਤਰੀਕੇ ਦੇ ਨਾਲ ਇਹ ਗੱਲ ਕਹਿੰਦੀ ਹੈ ਕਿ ਧਰਮ ਅਲੱਗ ਆ ਅਤੇ ਸਿਆਸਤ ਅਲੱਗ ਆ ਜੀ, ਧਰਮ ਅਤੇ ਸਿਆਸਤ ਨੂੰ ਰਲਗੱਡ ਨਹੀਂ ਕਰਨਾ ਚਾਹੀਦਾ ਜੀ, ਧਰਮ ਤੁਹਾਡਾ ਆਪਣਾ ਨਿੱਜੀ ਹੈ। ਇਹ ਜਿਹੜੇ ਆਪਾਂ ਪਹਿਲੇ ਉਦੇਸ਼ ਹੀ ਉਹਨਾਂ ਦੇ ਜਿਹੜੇ ਮਿੱਥੇ ਹੋਏ ਸੀ ਉਹਨਾਂ ਵਿੱਚ ਉਹਨਾਂ ਨੇ ਕਿਹਾ ਸੀ ਕਿ ਧਰਮ ਹਰ ਇੱਕ ਦਾ ਨਿੱਜੀ ਹੋਵੇਗਾ, ਪਾਰਟੀ ਮੰਚ ਉੱਤੇ ਧਾਰਮਿਕ ਬਹਿਸਾਂ ਦੀ ਕਿਸੇ ਨੂੰ ਕੋਈ ਆਗਿਆ ਨਹੀਂ ਹੋਊਗੀ, ਠੀਕ ਹੈ। ਤੋ ਇਹ ਸੀ ਕਿ ਉਹ ਧਰਮ ਨੂੰ ਅੱਡ ਚੱਲ ਲੈ ਕੇ ਅਤੇ ਸਿਆਸਤ ਨੂੰ ਅੱਡ ਲੈ ਕੇ ਚੱਲਦੇ ਸਨ, ਠੀਕ ਹੈ। ਇਹ ਗੱਲ
ਹਿੰਦੁਸਤਾਨ ਦੇ ਇਤਿਹਾਸ ਵਿੱਚ ਸਿਰਫ ਤੇ ਸਿਰਫ ਗਦਰ ਪਾਰਟੀ ਵਾਲਿਆਂ ਨੇ ਕੀਤੀ ਆ। ਧਰਮ ਤੇ ਸਿਆਸਤ ਦੀ ਰਲਗੱਡਤਾ ਦਾ ਸਾਡੇ ਮੁਲਕ ਨੂੰ ਕਿੰਨਾ ਨੁਕਸਾਨ ਹੋਇਆ। ਇਹ ਦੇਸ਼ ਦੀ ਵੰਡ ਤੋਂ ਪਹਿਲਾਂ ਵੀ ਅਸੀਂ ਜਾਣਦੇ ਹਾਂ ਕਿ ਦੇਸ਼ ਦੀ ਵੰਡ ਵੀ ਜੇ ਹੋਈ ਆ ਤੇ ਧਰਮ ਆਧਾਰਿਤ ਸਿਆਸਤ ਕਰਕੇ ਹੋਈ। ਧਰਮ ਆਧਾਰਿਤ ਇੱਕ ਵੱਖਰੀ ਸਟੇਟ ਬਣਾਉਣ ਦਾ ਜਿਹੜਾ ਏਜੰਡਾ ਸੀਗਾ ਉਹਦੇ ਕਰਕੇ ਹੋਈ। ਦੂਜੇ ਪਾਸੇ ਇਸ ਕਰਕੇ ਹੋਈ ਕਿਉਂਕਿ ਧਰਮ ਦੇ ਨਾਲ ਹੀ ਧਰਮ ਦੀ ਲੜਾਈ ਸੀ। ਦੂਜੇ ਪਾਸੇ ਹਿੰਦੂ ਸਾਮਰਾਜ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਜਿਹੜੇ ਸਨ ਉਹ ਇਹ ਕਹਿੰਦੇ ਸਨ ਕਿ ਅਸੀਂ ਹਿੰਦੂ ਹਿੰਦੀ ਅਤੇ ਹਿੰਦੁਸਤਾਨ ਵਾਲਾ ਰਾਜ ਬਣਾਉਣਾ ਆ। ਕਾਂਗਰਸ ਰਾਜ ਸੱਤਾ ਵਿੱਚ ਆਉਂਦੀ ਆ ਪਰ ਜਿਹੜਾ ਧਰਮ ਅਤੇ ਸਿਆਸਤ ਦਾ ਜਿਹੜਾ ਸਿਲਸਿਲਾ ਸੀ ਰਲਗੱਡਤਾ ਵਾਲਾ ਇਹ ਚੱਲਦਾ ਰਿਹਾ, ਪੰਜਾਬ ਵਿੱਚ ਵੀ ਚੱਲਦਾ ਰਿਹਾ ਅਤੇ ਹੁਣ ਤੁਸੀਂ ਜਾਣਦੇ ਹੋ ਕਿ ਧਰਮ ਅਤੇ ਸਿਆਸਤ ਕਿਵੇਂ ਰਲਗੱਡ ਹੋ ਗਈ ਆ ਔਰ ਕਿਵੇਂ ਇਹ ਇਸ ਵੇਲੇ ਭਗਵੇਂ ਰੰਗ ਦੇ ਵਿੱਚ ਖਿੜੀ ਹੋਈ ਆ ਸਾਰੇ ਹਿੰਦੁਸਤਾਨ ਦੇ ਵਿੱਚ ਔਰ ਲੋਕਾਂ ਨੂੰ ਇੱਕ ਲਪੇਟ ਵਿੱਚ ਇਸ ਅੰਦਾਜ਼ ਵਿੱਚ ਲੈ ਲਿਆ ਕਿ ਪਸ਼ੂਆਂ ਦਾ ਮਰਨਾ ਜਿਹੜਾ ਆ ਉਹਦੇ ਵਾਸਤੇ ਬੰਦੇ ਨੂੰ ਮਾਰਿਆ ਜਾ ਸਕਦਾ ਹੈ ਅਤੇ ਬੰਦੇ ਮਰ ਜਾਣ ਅਤੇ ਉਹਦਾ ਕੋਈ ਮਹੱਤਵ ਨਹੀਂ ਹੈਗਾ। ਮਤਲਬ ਐਡੀ ਜਿਹੜੀ ਖਤਰਨਾਕ ਸਿਆਸਤ ਆ ਇਸ ਸਿਆਸਤ ਦੀ ਜਿਹੜੀਆਂ ਪੇਚੀਦਗੀਆਂ ਸੀਗੀਆਂ ਜਿਹੜੇ ਨੁਕਸਾਨ ਸਨ ਇਹ ਗਦਰ ਪਾਰਟੀ ਵਾਲਿਆਂ ਨੇ ਉਸ ਵੇਲੇ ਸਮਝ ਲਏ ਸੀਗੇ ਔਰ ਇਹ ਬਹੁਤ ਉਹਨਾਂ ਦਾ ਮਹੱਤਵਪੂਰਨ ਪਹਿਲੂ ਸੀਗਾ। ਇੱਕ ਗੱਲ ਹੁੰਦੀ ਹੈ ਜੀ ਕਿ ਸਿਰਫ ਤੁਸੀਂ ਉਦੇਸ਼ਾਂ ਵਿੱਚ ਹੀ ਗੱਲ ਕਰਦੇ ਹੋ ਵੀ ਤੁਸੀਂ ਜਿਵੇਂ ਸਾਡੀਆਂ ਪਾਰਟੀਆਂ ਬੜੇ ਮੈਨੀਫੈਸਟੋ 'ਚ ਬੜੇ ਵਾਅਦੇ ਕਰਦੀਆਂ ਨੇ ਹਰ ਸਾਲ ਕਰਦੀਆਂ ਜਦੋਂ 5 ਸਾਲਾਂ ਬਾਅਦ ਚੋਣਾਂ ਆਉਂਦੀਆਂ ਨੇ ਪਰ ਜਦੋਂ ਚੋਣਾਂ ਲੰਘ ਜਾਂਦੀਆਂ ਨੇ ਪਾਰਟੀ ਸੱਤਾ ਵਿੱਚ ਆ ਜਾਂਦੀ ਹੈ ਮੈਨੀਫੈਸਟੋ ਲੋਕ ਭੁੱਲ ਜਾਂਦੇ ਆ। ਗਦਰ ਪਾਰਟੀ ਵਾਲਿਆਂ ਦੀ ਵਿਸ਼ੇਸ਼ਤਾ ਇਹ ਸੀਗੀ ਕਿ ਉਹਨਾਂ ਨੇ ਜਿਹੜੀ ਗੱਲ ਉਦੇਸ਼ਾਂ ਵਿੱਚ ਲਿਖੀ ਹੋਈ ਹੈ ਉਹਨਾਂ ਨੇ ਆਪਣੇ ਜੀਵਨ ਵਿੱਚ ਵਿਵਹਾਰਕ ਤੌਰ 'ਤੇ ਵੀ ਪੜ੍ਹਾ ਕੇ ਵਿਖਾਈ। ਉਹਨਾਂ ਨੇ ਉਸ ਤਰੀਕੇ ਦੀ ਜ਼ਿੰਦਗੀ ਜੀ ਕੇ ਵਿਖਾਈ। ਇਹ ਨਹੀਂ ਕਿਹਾ ਕਿ ਜੇ ਅਸੀਂ ਸਿਧਾਂਤ ਦੇ ਤੌਰ ਦੇ ਉੱਤੇ ਕਹਿ ਦਿੱਤੀ ਗੱਲ ਕਿ ਧਰਮ ਅਤੇ ਸਿਆਸਤ ਜਿਹੜੀ ਇਹ ਅੱਡ ਅੱਡ ਆ ਅਤੇ ਆਪਣੇ ਜੀਵਨ ਵਿੱਚ ਉਹ ਇਹਦੀ ਰਲਗੱਡਤਾ ਜਿਹੜੀ ਉਹਨਾਂ ਨੇ ਬਣਾ ਦਿੱਤੀ ਹੋਈ। ਨਹੀਂ, ਉਹਨਾਂ ਨੇ ਧਰਮ ਆਧਾਰਿਤ ਸਿਆਸਤ ਨੂੰ ਪਾਸੇ ਰੱਖ ਕੇ ਜਿਹੜਾ ਮਾਨਵੀ ਭਾਈਚਾਰਾ ਸੀ ਆਜ਼ਾਦੀ ਬਰਾਬਰੀ ਅਤੇ ਭਾਈਚਾਰੇ ਦਾ ਜਿਹੜਾ ਸੰਕਲਪ ਸੀ ਉਹਦੇ ਨਾਲ ਉਹ ਜੁੜੇ ਹੋਏ ਸਨ। ਮਸਲਨ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਗਦਰ ਪਾਰਟੀ ਦੇ ਜਿਹੜੇ ਲੋਕ ਸਨ ਉਹ ਗਦਰ ਆਸ਼ਰਮ ਵਿੱਚ ਰਹਿ ਰਹੇ ਸਨ, ਮਹਿਬੂਬ ਅਲੀ ਵਰਗੇ ਲੋਕ ਵੀ ਉੱਥੇ ਸੀਗੇ ਮੁਸਲਮਾਨ, ਉੱਥੇ ਰਾਮਚੰਦਰ ਵਰਗੇ ਲੋਕ ਸੀ, ਜਗਤ ਰਾਮ ਹਰਿਆਣਾ ਵਰਗੇ ਲੋਕ ਵੀ ਸੀਗੇ, ਉੱਥੇ ਹੀ ਬਾਬਾ ਸੋਹਣ ਸਿੰਘ ਭਕਨਾ ਵਰਗੇ ਲੋਕ, ਬਾਬਾ ਹਰਨਾਮ ਸਿੰਘ ਵਰਗੇ ਲੋਕ, ਕਰਤਾਰ ਸਿੰਘ ਸਰਾਭੇ ਵਰਗੇ, ਲਾਲਾ ਹਰਦਿਆਲ ਵਰਗੇ ਜੀ ਸਾਂਝਾ ਲੰਗਰ ਹੁੰਦਾ ਸੀਗਾ ਔਰ ਜ਼ਾਤ ਪਾਤ ਦਾ ਕੋਈ ਖਿਆਲ ਨਹੀਂ। ਇਹ ਦੂਜੀ ਗੱਲ ਵੱਡੀ ਸੀਗੀ ਕਿ ਜਿਹੜੀ ਜ਼ਾਤ ਪਾਤ ਦੇ ਬਾਰੇ ਸਾਡੇ ਲੋਕਾਂ ਨੂੰ ਇਹ ਇਤਰਾਜ਼ ਹੈਗਾ ਆ ਕਿ ਜਿਹੜੀਆਂ ਮਾਰਕਸੀ ਪਾਰਟੀਆਂ ਹੈਗੀਆਂ ਨੇ, ਕਮਿਊਨਿਸਟ ਪਾਰਟੀਆਂ ਹੈਗੀਆਂ ਨੇ, ਜਿਹੜੀਆਂ ਜਮਾਤ ਦੀ ਗੱਲ ਕਰਦੀਆਂ ਸੀ ਉਹਨਾਂ ਵਿੱਚ ਵੀ ਕਿਤੇ ਨਾ ਕਿਤੇ ਜਿਹੜੀ ਜ਼ਾਤ ਦਾ ਕੋਡ ਜਿਹੜਾ ਸੀ ਉਹ ਲੁਕਿਆ ਹੋਇਆ ਸੀਗਾ। ਤੋ ਇਹ ਜ਼ਾਤ ਆਧਾਰਿਤ ਜਿਹੜੀ ਸਿਆਸਤ ਸੀਗੀ ਇਹਦੇ ਤੋਂ ਵੀ ਉਹ ਵਿਹਾਰਕ ਤੌਰ ਉੱਤੇ ਪਾਸਾ ਵੱਟ ਕੇ ਚੱਲਦੇ ਨੇ ਇਹਨੂੰ ਰੱਦ ਕਰਕੇ ਚੱਲਦੇ ਨੇ ਔਰ ਉਹਨਾਂ ਦੀਆਂ ਜਿਹੜੀਆਂ ਗਦਰ ਦੀਆਂ ਗੂੰਜਾਂ ਨੇ ਉਹਨਾਂ ਵਿੱਚ ਬੜਾ ਉਹਨਾਂ ਨੇ ਸਾਫ਼ ਲਿਖਿਆ। ਉਹਨਾਂ ਨੇ ਕਿਹਾ ਕਿ ਛੂਤ ਛਾਤ ਦਾ ਕੋਈ ਵਿਚਾਰ ਨਹੀਂ ਹੈ ਅਤੇ ਇਹ ਗੱਲਾਂ ਜਿਹੜੀਆਂ ਕਰਕੇ ਉਹ ਕਹਿੰਦੇ ਨੇ ਕਿ ਨਹੀਂ ਸਾਰੇ ਹਿੰਦੁਸਤਾਨ ਵਾਲੇ ਅਸੀਂ ਭਰਾ ਹੈਗੇ ਹਾਂ, ਸਾਨੂੰ ਛੂਤ ਛਾਤ ਦਾ ਕੋਈ ਵਿਚਾਰ ਨਹੀਂ, ਸਾਨੂੰ ਪਰਖ ਨਾਲ ਚੂੜੇ ਚਮਾਰ ਵਾਲੀ ਹਿੰਦੁਸਤਾਨ ਵਾਲੇ ਸਾਰੇ ਹੈਨ ਭਾਈ, ਰੀਤ ਰੱਖਣੀ ਨਹੀਂ ਮਕਾਰ ਵਾਲੀ। ਮਤਲਬ ਇਹ ਮਕਾਰ ਲੋਕਾਂ ਦੀਆਂ ਰੀਤਾਂ ਸੀਗੀਆਂ ਜਿਹੜੇ ਲੋਕਾਂ ਨੂੰ ਚੂੜਿਆਂ ਚਮਿਆਰਾਂ ਜੱਟਾਂ ਸ਼ੂਦਰਾਂ ਅਤੇ ਵੈਸ਼ਾਂ ਵਿੱਚ ਵੰਡਦੇ ਸੀ, ਸਾਡੇ ਵਾਸਤੇ ਛੂਤ ਛਾਤ ਕੋਈ ਅਰਥ ਨਹੀਂ ਰੱਖਦੀ। ਮਤਲਬ ਇਹ ਗੱਲ ਵੀ ਵਿਹਾਰਕ ਤੌਰ 'ਤੇ ਉਹਨਾਂ ਨੇ ਕਰਕੇ ਦਿਖਾਈ। ਸਿਰਫ ਉਹਦੇ ਵਿੱਚ ਨਹੀਂ, ਜਦੋਂ ਗਦਰ ਪਾਰਟੀ ਵਾਲੇ ਜਿਹੜੇ ਸੂਰਬੀਰ ਨੇ ਜਦੋਂ ਦੇਸ਼ ਨੂੰ ਧਾਈ ਕਰਕੇ ਗਏ ਸਨ ਅਤੇ ਜਹਾਜ਼ਾਂ ਦੇ ਵਿੱਚ ਜਦੋਂ ਲੰਗਰ ਪੱਕਦਾ ਸੀ ਅਤੇ ਹਿੰਦੂ ਸਿੱਖ ਅਤੇ ਮੁਸਲਮਾਨ ਸਾਂਝੇ ਲੰਗਰ ਦੇ ਵਿੱਚੋਂ ਰੋਟੀ ਛਕਦੇ ਸੀ, ਜਦੋਂ ਕਿ ਉਸ ਤਰ੍ਹਾਂ ਇੱਕ ਦੂਜੇ ਦੇ ਨਾਲ ਛੋਹਣਾ ਵੀ ਜਿਹੜਾ ਸੀਗਾ ਉਹਦੇ ਨਾਲ ਵੀ ਧਰਮ ਭ੍ਰਿਸ਼ਟ ਹੋਣ ਦੀਆਂ ਗੱਲਾਂ ਜਿਹੜੀਆਂ ਸੀ ਕੀਤੀਆਂ ਜਾਂਦੀਆਂ ਸੀ ਔਰ ਬਾਅਦ ਵਿੱਚ ਸਟੇਸ਼ਨਾਂ ਉੱਤੇ ਹਿੰਦੂ ਪਾਣੀ ਅਤੇ ਮੁਸਲਮਾਨ ਪਾਣੀ ਦੇਸ਼ ਦੀ ਵੰਡ ਦੇ ਵੇਲੇ ਰੱਖੇ ਹੋਏ ਸੀ ਵੀ ਜਿਹੜਾ ਹਿੰਦੂਆਂ ਵਾਲਾ ਪਾਣੀ ਉਹ ਪੀਣ ਵਾਸਤੇ ਵੱਖਰੀਆਂ ਟੂਟੀਆਂ ਨੇ, ਮੁਸਲਮਾਨਾਂ ਦੇ ਘੜੇ ਜਿਹੜੇ ਸੀ ਉਹ ਵੱਖਰੇ ਰੱਖੇ ਹੁੰਦੇ ਸੀਗੇ। ਤੋ ਇਹ ਜਿਹੜੀ ਗੱਲ ਆਪਾਂ ਕਰਦੇ ਪਏ ਹਾਂ ਕਿ ਵਿਹਾਰਕ ਤੌਰ ਉੱਤੇ ਵੀ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਇਹ ਗੱਲ ਸਾਬਤ ਕੀਤੀ ਕਿ ਅਸੀਂ ਜਿਹੜੀ ਗੱਲ ਕਹਿੰਦੇ ਹਾਂ ਉਹ ਅਸੀਂ ਕਰਕੇ ਵੀ ਵਿਖਾਉਂਦੇ ਹਾਂ, ਸਿਰਫ ਅਸੀਂ ਗੱਲੀ ਬਾਤੀ ਨਹੀਂ ਗੱਲ ਕਰਦੇ। ਇਹ ਦੂਜੀ ਗੱਲ ਸੀ ਜਿਹਦੇ ਕਰਕੇ ਉਹਨਾਂ ਨੇ ਹਿੰਦੂ ਸਿੱਖ ਅਤੇ ਮੁਸਲਮਾਨ ਸਾਰਿਆਂ ਨੇ ਰਲ ਕੇ ਹੀ ਦੇਸ਼ ਦੀ ਆਜ਼ਾਦੀ ਸੰਗਰਾਮ ਦੇ ਵਿੱਚ ਇਹਦੇ ਵਿੱਚ ਹਿੱਸਾ ਪਾਇਆ, ਕੁਰਬਾਨੀਆਂ ਦਿੱਤੀਆਂ, ਸ਼ਹਾਦਤਾਂ ਦਿੱਤੀਆਂ, ਜੇਲ੍ਹਾਂ ਕੱਟੀਆਂ।
ਇਹ ਵੱਖਰੀ ਗੱਲ ਹੈ ਕਿ ਉਹਦੇ ਵਿੱਚ ਸਿੱਖਾਂ ਦੀ ਗਿਣਤੀ ਵੱਡੀ ਸੀ ਕਿਉਂਕਿ ਸਿੱਖਾਂ ਦੀ ਸ਼ਮੂਲੀਅਤ ਹੀ ਜ਼ਿਆਦਾ ਸੀ, ਸਿੱਖ ਬਾਹਰ ਜ਼ਿਆਦਾ ਗਿਣਤੀ ਵਿੱਚ ਆਏ ਸਨ, ਪਰ ਦੂਜਿਆਂ ਦੀਆਂ ਸ਼ਹੀਦੀਆਂ ਜਿਹੜੀਆਂ ਉਹਨਾਂ ਨੂੰ ਅਸੀਂ ਕਿਸੇ ਤਰੀਕੇ ਨਾਲ ਵੀ ਘਟਾ ਕੇ ਨਹੀਂ ਵੇਖ ਸਕਦੇ। ਡਾਕਟਰ ਸਾਹਿਬ ਬਹੁਤ ਖੂਬ, ਔਰ ਗਦਰ ਪਾਰਟੀ ਦੇ ਕਾਰਜਾਂ ਬਾਰੇ ਆਪਾਂ ਹੋਰ ਗੱਲਬਾਤ ਕਰਾਂਗੇ, ਲੇਕਿਨ ਸਮਾਂ ਹੋ ਗਿਆ ਜੀ ਇੱਕ ਬ੍ਰੇਕ ਦਾ। ਸੋ ਕਿਤੇ ਜਾਣਨਾ ਜੀ ਬੜੀ ਮਹੱਤਵਪੂਰਨ, ਬੜੀ ਦਿਲਚਸਪ ਗੱਲਬਾਤ ਚੱਲ ਰਹੀ ਹੈ। ਸੋ ਗਦਰ ਪਾਰਟੀ ਦੇ ਇਤਿਹਾਸ ਬਾਰੇ ਹੋਰ ਜਾਣਕਾਰੀ ਲਵਾਂਗੇ ਡਾਕਟਰ ਸੰਧੂ ਹੁਣਾਂ ਕੋਲੋਂ ਇਸ ਬ੍ਰੇਕ ਤੋਂ ਬਾਅਦ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਹਿਸਟਰੀ ਦੇ ਵਿੱਚ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਗਦਰ ਪਾਰਟੀ ਦੇ ਇਤਿਹਾਸ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਨੇ ਲੇਖਕ ਵਰਿਆਮ ਸਿੰਘ ਸੰਧੂ। ਆਓ ਜੀ ਉਹਨਾਂ ਨਾਲ ਅਗਲੀ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਬ੍ਰੇਕ ਤੋਂ ਪਹਿਲਾਂ ਤੁਸੀਂ ਦੱਸ ਰਹੇ ਸੀ ਕਿ ਗਦਰ ਪਾਰਟੀ ਹੁਣਾਂ ਦਾ ਉਦੇਸ਼ ਬਹੁਤ ਕਲੀਅਰ ਸੀ ਔਰ ਉਹਨਾਂ ਦੀ ਬੜੀ ਖੂਬਸੂਰਤ ਗੱਲ ਕੀਤੀ ਸੀ ਕਿ ਧਰਮਾਂ ਜ਼ਾਤਾਂ ਪਾਤਾਂ ਤੋਂ ਰਹਿਤ ਉਹਨਾਂ ਨੇ ਇਸ ਲਹਿਰ ਨੂੰ ਉੱਪਰ ਉੱਠ ਕੇ ਉਤਾਂਹ ਹੋ ਕੇ ਜੀ ਸ਼ੁਰੂ ਕੀਤਾ ਸੀ। ਹੋਰ ਉਹਨਾਂ ਦੇ ਜਿਹੜੇ ਸਿਧਾਂਤਿਕ ਏਜੰਡੇ ਸੀ, ਸਿਧਾਂਤਿਕ ਉਦੇਸ਼ ਸੀਗੇ ਪਾਰਟੀ ਦੇ, ਹੋਰ ਕੀ ਸੀ? ਹੋਰਾਂ ਤੋਂ ਆਪਾਂ ਜਦੋਂ ਸ਼ੁਰੂ 'ਚ ਆਪਾਂ ਗੱਲ ਕਰਦੇ ਸੀ, ਆਪਣੀ ਗੱਲ ਤੁਸੀਂ ਦੂਜੇ ਪਾਸੇ ਇੱਕ ਵੱਖਰਾ ਸਵਾਲ ਕਰ ਦਿੱਤਾ ਸੀ, ਜਿਹਦਾ ਜਵਾਬ ਦੇਣਾ ਬਣਦਾ ਸੀਗਾ ਕਿ ਧਰਮ ਆਧਾਰਿਤ ਸਿਆਸਤ ਦੇ ਉੱਤੇ ਆਪਾਂ ਗੱਲ ਕਰ ਰਹੇ ਸੀ ਕਿ ਉਹਨਾਂ ਦਾ ਜਿਹੜਾ ਪਹਿਲਾ ਆਰਟੀਕਲ ਹੀ ਸੀ ਨਾ ਪਹਿਲੇ ਪਰਚੇ ਵਿੱਚ, ਜਿਹੜੇ ਸਾਡਾ ਕੰਮ ਅਤੇ ਸਾਡਾ ਨਾਂ ਜੀ ਉਹਨਾਂ ਨੇ ਆਪਣੇ ਜਿਹੜੇ ਸੀ ਕਿ ਨਹੀਂ ਨਿਸ਼ਾਨੇ ਮਿੱਥੇ ਹੋਏ ਸੀਗੇ, ਉਹਨਾਂ 'ਚੋਂ ਗਦਰ ਅਖਬਾਰ ਜਿਹੜਾ ਉਹਨਾਂ ਨੇ ਕੱਢਿਆ ਉਹਦਾ ਜਿਹੜਾ ਉਦੇਸ਼ ਸੀਗਾ ਉਹ ਪ੍ਰਗਟ ਕੀਤਾ। ਅਤੇ ਇੱਕ ਬੜੀ ਮਹੱਤਵਪੂਰਨ ਉਹਨਾਂ ਨੇ ਗੱਲ ਕਹੀ, ਉਹ ਗੱਲ ਜਿਵੇਂ ਆਪਾਂ ਕਿਹਾ ਨਹੀਂ ਜ਼ਬਾਨਾਂ ਦੇ ਮਹੱਤਵ ਨੂੰ ਉਹਨਾਂ ਨੇ ਪਛਾਣਿਆ, ਦੂਜੀ ਮਹੱਤਵਪੂਰਨ ਗੱਲ ਸੀ ਕਿ ਉਹ ਸ਼ਬਦ ਦੇ ਮਹੱਤਵ ਨੂੰ ਪਛਾਣਦੇ ਸਨ। ਠੀਕ ਹੈ, ਉਹਨਾਂ ਨੂੰ ਪਤਾ ਸੀਗਾ ਕਿ ਅਸੀਂ ਇਕੱਲੇ ਇਕੱਲੇ ਦੇ ਕੋਲ ਜਾ ਕੇ ਅਤੇ ਪ੍ਰਚਾਰ ਕਰਕੇ ਆਪਣੀ ਗੱਲ ਨਹੀਂ ਪਹੁੰਚਾ ਸਕਦੇ ਜੀ, ਸਾਡਾ ਸ਼ਬਦ ਜਿਹੜਾ ਹੈ ਕਿ ਨਹੀਂ ਉਹ ਜਿੱਥੇ ਜਿੱਥੇ ਜਾਵੇਗਾ ਉੱਥੇ ਉੱਥੇ ਉਹ ਸ਼ਬਦ ਜਿਹੜਾ ਸੁਣਿਆ ਲੈ ਕੇ ਜਾਊਗਾ। ਇਸ ਕਰਕੇ ਉਹਨਾਂ ਨੇ ਇੱਕ ਗੱਲ ਕਹੀ ਗਦਰ ਆਸ਼ਰਮ ਬਾਰੇ, ਉਹਨਾਂ ਨੇ ਗੱਲ ਕਹੀ ਕਿ ਇਹ ਗਦਰ ਆਸ਼ਰਮ ਆਸ਼ਰਮ ਨਹੀਂ, ਠੀਕ ਹੈ, ਇਹ ਇੱਕ ਕਿਲ੍ਹਾ ਹੈ। ਇਸ ਕਿਲ੍ਹੇ ਤੋਂ ਅੰਗਰੇਜ਼ੀ ਰਾਜ ਦੇ ਜ਼ੁਲਮਾਂ ਦੇ ਖਿਲਾਫ ਤੋਪਾਂ ਚੱਲਣਗੀਆਂ ਜੀ। ਉਹ ਤੋਪਾਂ ਕਿਹੜੀਆਂ ਨੇ? ਉਹ ਤੋਪਾਂ ਨੇ ਉਹ ਸ਼ਬਦ, ਉਹ ਅੱਖਰ ਜਿਹੜੇ ਗਦਰ ਅਖਬਾਰ ਵਿੱਚ ਲਿਖੇ ਜਾਣਗੇ। ਠੀਕ ਹੈ, ਮਤਲਬ ਉਹ ਕਹਿੰਦੇ ਨੇ ਕਿ ਇਹ ਜਿਹੜੇ ਸ਼ਬਦ ਨੇ, ਜਿਹੜੇ ਅੱਖਰ ਨੇ ਲਿਖੇ ਜਾਣੇ, ਇਹ ਅੱਖਰ ਜਿਹੜੇ ਨੇ ਇਹ ਸਿਆਹੀ ਨਾਲ ਨਹੀਂ ਲਿਖੇ ਗਏ। ਠੀਕ ਹੈ, ਇਹ ਜਿਗਰ ਦੇ ਖੂਨ ਨਾਲ ਲਿਖੇ ਹੋਏ ਅੱਖਰ ਨੇ ਜੀ, ਔਰ ਇਹ ਜਿਹੜੇ ਅੱਖਰ ਨੇ ਇਹ ਤੋਪ ਦੇ ਗੋਲਿਆਂ ਵਾਂਗ ਅੰਗਰੇਜ਼ੀ ਰਾਜ ਦੇ ਉੱਤੇ ਹਮਲਾ ਕਰਨਗੇ, ਉਹਦੇ ਜ਼ੁਲਮਾਂ ਦੇ ਖਿਲਾਫ ਹਮਲਾ ਕਰਨਗੇ, ਔਰ ਲੋਕਾਂ ਦੇ ਵਿੱਚ ਜਿਹੜੇ ਸੁੱਤੇ ਹੋਏ ਲੋਕ ਨੇ ਉਹਨਾਂ ਵਿੱਚ ਚੇਤਨਾ ਦੀ ਚਿਣਗ ਜਿਹੜੀ ਉਹ ਪੈਦਾ ਕਰਨਗੇ ਜੀ। ਮਤਲਬ ਸ਼ਬਦ ਦੇ ਮਹੱਤਵ ਨੂੰ ਸਮਝਦਿਆਂ ਹੋਇਆਂ ਹੀ ਉਹਨਾਂ ਨੇ ਗਦਰ ਅਖਬਾਰ ਕੱਢਿਆ। ਗਦਰ ਅਖਬਾਰ ਲੱਖਾਂ ਦੀ ਗਿਣਤੀ ਵਿੱਚ ਛਪਿਆ, ਗਦਰ ਅਖਬਾਰ ਨੇ ਵੱਖ ਵੱਖ ਮੁਲਕਾਂ ਦੇ ਵਿੱਚ ਜਿਹੜੀ ਜਾਗਰਤੀ ਪੈਦਾ ਕੀਤੀ, ਗਦਰ ਦੀਆਂ ਗੂੰਜਾਂ ਨੇ ਪੈਦਾ ਕੀਤੀ। ਇਸ ਤੋਂ ਇਲਾਵਾ ਸ਼ਬਦ ਦੇ ਮਹੱਤਵ ਨੂੰ ਸਮਝਦੇ ਉਹਨਾਂ ਨੇ ਹੋਰ ਛੋਟੇ ਛੋਟੇ ਕਿਤਾਬ 'ਚ ਵੀ ਛਾਪੇ, ਨਿੱਕੇ ਨਿੱਕੇ, ਜਿਵੇਂ ਅੰਗਰੇਜ਼ੀ ਰਾਜ ਦਾ ਕੱਚਾ ਚਿੱਠਾ ਉਹ ਹਰ ਸਫ਼ੇ ਉੱਤੇ ਪਹਿਲੇ ਤੋਂ ਲਿਖਦੇ ਹੁੰਦੇ ਸੀਗੇ, ਉਹਨੂੰ ਵੀ ਵੱਖਰੇ ਵੱਖਰੇ ਜਿਹੜੇ ਅੰਕ ਸੀ ਉਹਨਾਂ 'ਚੋਂ ਕੱਢ ਕੇ ਇੱਕ ਕਿਤਾਬ 'ਚ ਛਾਪਿਆ। ਇਸ ਤਰ੍ਹਾਂ ਨਵਾਂ ਜ਼ਮਾਨਾ ਨਾਂ ਦਾ ਕਿਤਾਬ 'ਚ ਛਾਪਿਆ, ਇਸੇ ਤਰ੍ਹਾਂ ਹੀ ਫਰੰਗੀ ਦਾ ਫਰੇਬ ਨਾਂ ਦਾ ਕਿਤਾਬ 'ਚ ਛਾਪਿਆ, ਇਸੇ ਤਰ੍ਹਾਂ ਹੀ ਸ਼ਾਬਾਸ਼, ਜਿਨ੍ਹਾਂ ਨੇ ਲਾਰਡ ਹਾਰਡਿੰਗ ਦੇ ਉੱਤੇ ਬੰਬ ਸੁੱਟਿਆ ਸੀ ਕਿ ਨਹੀਂ, ਉਹਨਾਂ ਨੂੰ ਸ਼ਾਬਾਸ਼ ਦੇਣ ਦੇ ਤੌਰ ਦੇ ਉੱਤੇ ਵੀ ਇੱਕ ਜਿਹੜਾ ਸੀ ਕਿਤਾਬ 'ਚ ਛਾਪਿਆ। ਇਸ ਤਰ੍ਹਾਂ ਅਨੇਕਾਂ ਕਿਤਾਬ 'ਚ ਵੀ ਜਿਹੜੇ ਸੀ ਛਾਪੇ, ਜਿਹੜੇ ਲੋਕਾਂ ਤੱਕ ਪਹੁੰਚਾ ਕੇ ਇੱਕ ਸੁਨੇਹਾ ਦਿੰਦੇ ਸੀਗੇ ਆਜ਼ਾਦੀ ਦਾ, ਔਰ ਲੜਾਈ ਲੜਨ ਦਾ ਸੰਦੇਸ਼ ਦਿੰਦੇ ਸੀ। ਤੋ ਸ਼ਬਦ ਦੇ ਮਹੱਤਵ ਨੂੰ ਜਾਣਨਾ, ਸਮਝਣਾ ਅਤੇ ਇਹਦੀ ਵਰਤੋਂ ਕਰਨੀ, ਇਹ ਉਹਨਾਂ ਲੋਕਾਂ ਦੀ ਅਕਲ ਦਾ ਇੱਕ ਹਿੱਸਾ, ਸਮਝਦਾ ਇੱਕ ਹਿੱਸਾ ਸੀਗਾ। ਜਦੋਂ ਕਰਤਾਰ ਉਹਨਾਂ ਨੇ ਇਹਦੇ ਵਿੱਚ ਸਾਫ਼ ਕਿਹਾ, ਉਹਨਾਂ ਕਿਹਾ ਵੀ ਇਹ ਗਦਰ ਆਸ਼ਰਮ ਜਿਹੜਾ ਕਿ ਨਹੀਂ ਇੱਥੋਂ
ਬਣਿਆ ਹੈ, ਇਹ ਤੋਂ ਅਖਬਾਰ ਸ਼ੁਰੂ ਹੋਇਆ ਹੈ। ਔਰ ਇਹ ਗਦਰ ਆਸ਼ਰਮ ਇਸ ਤਰ੍ਹਾਂ ਦੇ ਜਰਮਨੀ ਵਿੱਚ ਵੀ ਅਤੇ ਹੋਰਨਾਂ ਮੁਲਕਾਂ ਦੇ ਵਿੱਚ ਵੀ ਸਥਾਪਿਤ ਕੀਤੇ ਜਾਣਗੇ, ਹੈ ਉੱਥੋਂ ਵੀ ਗਦਰ ਦਾ ਸੁਨੇਹਾ ਜਿਹੜਾ ਉਹ ਦਿੱਤਾ ਜਾਊਗਾ। ਤੋ ਇਹ ਗੱਲ ਅੱਗੇ ਜਾ ਕੇ ਕਰਤਾਰ ਸਿੰਘ ਸਰਾਭਾ ਜਦੋਂ ਦੇਸ਼ ਵਿੱਚ ਚਲੇ ਜਾਂਦਾ ਹੈ, ਜਦੋਂ ਗਦਰ ਦੀ ਲਹਿਰ ਜਿਹੜੀ ਆ ਉਹ ਜਾ ਕੇ ਦੇਸ਼ ਵਿੱਚ ਸ਼ੁਰੂ ਹੁੰਦੀ ਆ, ਤਾਂ ਉਹਦੇ ਵਿੱਚ ਕਰਤਾਰ ਸਿੰਘ ਸਰਾਭੇ ਦੇ ਜਿਹੜੇ ਬਿਆਨ ਨੇ ਨਾ, ਉਹਦੇ ਆਪਣੇ ਮਕਸਦਾਂ ਦੇ ਵਿੱਚ ਉਹਨੇ ਇਹ ਵੀ ਦੱਸਿਆ ਕਿ ਮੇਰੇ ਮਕਸਦਾਂ ਦੇ ਵਿੱਚੋਂ ਇੱਕ ਵੱਡਾ ਮਕਸਦ ਇਹ ਸੀ ਕਿ ਮੈਂ ਇੱਥੇ ਆ ਕੇ ਯੁਗਾਂਤਰ ਆਸ਼ਰਮ ਵਰਗਾ ਇੱਕ ਆਸ਼ਰਮ ਬਣਾਉਣਾ ਚਾਹੁੰਦਾ ਸੀ, ਗਦਰ ਆਸ਼ਰਮ ਵਰਗਾ ਆਸ਼ਰਮ ਅਤੇ ਗਦਰ ਅਖਬਾਰ ਵਰਗਾ ਪਰਚਾ ਇੱਥੇ ਆ ਕੇ ਕੱਢਣਾ ਚਾਹੁੰਦਾ ਸੀ। ਤੋ ਇਹ ਜਿਹੜਾ ਸ਼ਬਦ ਦਾ ਮਹੱਤਵ ਸੀ ਇਹਦੇ ਬਾਰੇ ਵੀ ਜਿਹੜੇ ਸਰ ਗਦਰੀ ਬਹੁਤ ਹੀ ਸੁਚੇਤ ਸਨ। ਇੱਕ ਹੋਰ ਗੱਲ ਜਿਹੜੀ ਸੀਗੀ ਉਹ ਬੜੀ ਮਹੱਤਵਪੂਰਨ ਉਹਦੇ ਵਿੱਚ ਉਹਨਾਂ ਨੇ ਸਾਡੇ ਸਾਹਮਣੇ ਪੇਸ਼ ਕੀਤੀ ਹੈ, ਉਹ ਹੈ ਕਿ ਉਹ ਆਪਣੇ ਇਤਿਹਾਸ ਦੀਆਂ ਜਿਹੜੀਆਂ ਸ਼ਾਨਦਾਰ ਰਵਾਇਤਾਂ ਸਨ ਉਹਨਾਂ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਚੱਲੇ। ਉਹਨਾਂ ਨੇ ਜ਼ਿਕਰ ਜਿਵੇਂ 1857 ਦੇ ਗਦਰ ਦਾ ਕੀਤਾ ਨਾ, ਉਹਦੇ ਵਿੱਚ ਅੱਗੇ ਜਾ ਕੇ ਜ਼ਿਕਰ ਇਹ ਕੀਤਾ ਕਿ 1857 ਦਾ ਗਦਰ ਤਾਂ ਫੇਲ ਹੋ ਗਿਆ, ਪਰ 1857 ਦੇ ਗਦਰ ਤੋਂ ਬਾਅਦ ਬਾਬਾ ਰਾਮ ਸਿੰਘ ਨਾਮਧਾਰੀ ਜਿਹੜਾ ਕੂਕਾ ਸੀਗਾ ਉਹਨੇ ਇੱਕ ਵੱਖਰੀ ਤਰ੍ਹਾਂ ਦਾ ਗਦਰ ਜਿਹੜਾ ਸੀਗਾ ਅੰਗਰੇਜ਼ਾਂ ਦੇ ਖਿਲਾਫ ਆਰੰਭ ਕੀਤਾ, ਨਾ ਮਿਲਵਰਤਨ ਦੀ ਲਹਿਰ ਉਹਨੇ ਸ਼ੁਰੂ ਕੀਤੀ। ਔਰ ਉਹ ਗਦਰ ਕਾਮਯਾਬ ਨਹੀਂ ਹੋ ਸਕਿਆ, ਉਹ ਇਹਦੇ ਬਾਰੇ ਵੀ ਕਹਿੰਦੇ ਉਹ ਕਹਿੰਦੇ ਉਹ ਇੱਕ ਇਕੱਲਾ ਬੰਦਾ ਜਦੋਂ ਬਾਕੀ ਸਾਰੇ ਸੁੱਤੇ ਹੋਣ ਅਤੇ ਇੱਕ ਇਕੱਲਾ ਬੰਦਾ ਜਿਹੜਾ ਉਹ ਕੀ ਕਰ ਸਕਦਾ ਸੀਗਾ, ਤਾਂ ਉਹਦਾ ਉਹ ਜ਼ਿਕਰ ਕਰਦੇ ਨੇ। ਇਹਦਾ ਮਤਲਬ ਵੀ ਉਹ ਆਪਣੇ ਇਤਿਹਾਸ ਨੂੰ ਕੰਟੀਨਿਊਟੀ ਵਿੱਚ ਲਗਾਤਾਰਤਾ ਵਿੱਚ ਦੇਖਦੇ ਪਏ ਨੇ। ਅੱਗੇ ਜਾ ਕੇ ਉਹ ਫਿਰ ਕਹਿੰਦੇ ਨੇ ਕਿ ਫਿਰ ਸਾਡੇ ਲੋਕ ਜਿਹੜੇ ਸੀਗੇ 1905 ਦੇ ਵਿੱਚ ਉੱਠੇ, 1907 ਵਿੱਚ ਉੱਠੇ ਲਾਲਾ ਲਾਜਪਤ ਰਾਏ, ਅਜੀਤ ਸਿੰਘ ਹੋਣਾ ਨੇ ਵਧੇ ਹੋਏ ਮਾਮਲੇ ਦੇ ਖਿਲਾਫ ਜਿਹੜੀ ਸੀਗੀ ਉਹ ਪ੍ਰੋਟੈਸਟ ਕੀਤਾ, ਲੜਾਈ ਲੜੀ, ਪਗੜੀ ਸੰਭਾਲ ਜੱਟਾ ਲਹਿਰ ਜਿਹੜੀ ਸੀ ਚੱਲੀ। ਉਹ ਕਹਿੰਦੇ ਕਿ ਉਹ ਲੜਾਈ ਵੀ ਸਾਡੇ ਲੋਕਾਂ ਨੇ ਲੜੀ, ਪਰ ਅੰਗਰੇਜ਼ ਰਾਜ ਨੇ ਜਿਵੇਂ 1857 ਦਾ ਗਦਰ ਜ਼ੁਲਮ ਦੇ ਨਾਲ ਖਤਮ ਕੀਤਾ ਸੀ, ਜਿਵੇਂ ਬਾਬਾ ਰਾਮ ਸਿੰਘ ਨੂੰ ਜਲਾਵਤਨ ਕਰਕੇ ਉਹਨਾਂ ਨੇ ਰੰਗੂਨ ਭੇਜ ਦਿੱਤਾ ਸੀਗਾ ਔਰ ਜਿਹੜੀ ਨਾਮਧਾਰੀ ਲਹਿਰ ਸੀ ਉਹਨੂੰ ਖਤਮ ਕਰ ਦਿੱਤਾ ਸੀਗਾ, ਇਸੇ ਤਰ੍ਹਾਂ ਹੀ 1905 ਵਾਲੇ ਜਿਹੜੇ ਦੇਸ਼ ਭਗਤ ਸੀਗੇ ਉਹਨਾਂ ਨੂੰ ਵੀ ਉਹਨਾਂ ਨੇ ਜਿਵੇਂ ਜਲਾਵਤਨ ਹੋ ਕੇ ਅਤੇ ਸਰਦਾਰ ਅਜੀਤ ਸਿੰਘ ਨੂੰ ਬਾਹਰ ਜਾਣਾ ਪਿਆ, ਪਹਿਲਾਂ ਲਾਜਪਤ ਰਾਏ ਨੂੰ ਅਤੇ ਇਹਨਾਂ ਨੂੰ ਮਾਡਲੇ ਜੇਲ੍ਹ ਵਿੱਚ ਭੇਜਿਆ ਗਿਆ। ਅੱਗੇ ਜਾ ਕੇ ਫਿਰ ਉਹ ਇਹ ਗੱਲ ਕਰਦੇ ਨੇ ਇਹਦੇ ਵਿੱਚ, ਉਹ ਕਹਿੰਦੇ ਨੇ ਕਿ ਅੰਗਰੇਜ਼ੋ ਤੁਸੀਂ ਬਹੁਤ ਜ਼ੁਲਮ ਕੀਤਾ, ਪਰ ਤੁਸੀਂ ਦੇਸ਼ ਭਗਤਾਂ ਨੂੰ ਉਹਨਾਂ ਦੇ ਕੰਮਾਂ ਤੋਂ ਰੋਕ ਨਹੀਂ ਸਕਦੇ, ਇਹ ਉਹ ਹੀ ਦੇਸ਼ ਭਗਤ ਨੇ ਜਿਹੜੇ ਨਿਕਲ ਕੇ ਦੇਸ਼ ਦੇ ਵਿੱਚੋਂ ਤੁਹਾਡੀਆਂ ਲਾਈਆਂ ਹੋਈਆਂ ਜਿਹੜੀਆਂ ਬੋਰਾਂ ਸੀ, ਜਿਹੜੀਆਂ ਤੁਹਾਡੀਆਂ ਲਾਈਆਂ ਹੋਈਆਂ ਜਾਲ ਸਨ, ਉਹਨਾਂ ਦੇ ਵਿੱਚੋਂ ਨਿਕਲ ਕੇ ਬਾਹਰਲੇ ਦੇਸ਼ਾਂ ਵਿੱਚ ਪਹੁੰਚ ਗਏ। ਮੈਡਮ ਕਾਮਾ ਜਿਹੜੀ ਆ ਉਹ ਪੈਰਿਸ ਦੇ ਵਿੱਚ ਜਾ ਕੇ ਬੈਠ ਗਈ, ਉੱਥੇ ਉਹਨੇ ਪਰਚਾ ਸ਼ੁਰੂ ਕੀਤਾ ਬੰਦੇ ਮਾਤਰਮ। ਇਸੇ ਤਰ੍ਹਾਂ ਹੀ ਸੂਫੀ ਅੰਬਾ ਪ੍ਰਸ਼ਾਦ ਜਿਹੜਾ ਉਹਨੇ ਫਾਰਸ ਵਿੱਚ ਜਾ ਕੇ ਪਰਚਾ ਸ਼ੁਰੂ ਕੀਤਾ, ਪਰਚਾ ਉੱਥੇ ਵੀ ਸ਼ੁਰੂ ਕਰ, ਸ਼ਬਦ ਦਾ ਮਹੱਤਵ ਜਿਹੜਾ ਆਪਾਂ ਗੱਲ ਕਰਦੇ ਹਾਂ। ਅਤੇ ਹੁਣ ਕਹਿੰਦੇ ਆ ਕੁਝ ਦੇਸ਼ ਭਗਤ ਜਿਹੜੇ ਨੇ ਕਿ ਨਹੀਂ ਇਹ ਮਿਰਕਣ ਵਿੱਚ ਵੀ ਆ ਗਏ ਨੇ, ਉਹ ਆਪਣੇ ਬਾਰੇ ਕਹਿੰਦੇ ਨੇ, ਕਹਿੰਦੇ ਅਸੀਂ ਹੁਣ ਅਮਰੀਕਾ ਵਿੱਚ ਆ ਗਏ, ਦੇਸ਼ ਭਗਤਾਂ ਦਾ ਇੱਕ ਟੋਲਾ ਇੱਥੇ ਵੀ ਆ ਗਿਆ, ਔਰ ਇਹ ਦੇਸ਼ ਭਗਤਾਂ ਦਾ ਟੋਲਾ ਜਿਹੜਾ ਆ ਇਹ ਹੁਣ ਆਪਣੀ ਆਖਰੀ ਲੜਾਈ ਜਿਹੜੀ ਆ ਉਹ ਅੰਗਰੇਜ਼ਾਂ ਦੇ ਨਾਲ ਲੜਨ ਦੇ ਵਾਸਤੇ ਤਿਆਰ ਆ, ਔਰ ਸਾਡੇ ਵੱਲੋਂ ਕੋਈ ਓਹਲਾ ਨਹੀਂ, ਕੋਈ ਦੋ ਰਾਵਾਂ ਨਹੀਂ, ਅਸੀਂ ਇਹ ਲੜਾਈ ਲੜਨੀ ਆ, ਹਿੰਦੁਸਤਾਨ ਵਿੱਚ ਜਾ ਕੇ ਲੜਨੀ ਆ। ਔਰ ਕੁਝ ਸਮੇਂ ਤੋਂ ਬਾਅਦ ਇਹ ਇਸ਼ਤਿਹਾਰ ਵੀ ਛਪਣਾ ਸ਼ੁਰੂ ਹੋ ਗਿਆ ਸੀਗਾ ਕਿ ਸਾਨੂੰ ਜ਼ਰੂਰਤ ਹੈ ਬਹਾਦਰ ਨੌਜਵਾਨਾਂ ਦੀ, ਉਹਨਾਂ ਦੇ ਵਾਸਤੇ ਤਨਖਾਹ ਕੀ ਹੋਵੇਗੀ ਮੌਤ, ਅਤੇ ਉਹਨਾਂ ਨੂੰ ਇਨਾਮ ਹੋਵੇਗਾ ਆਜ਼ਾਦੀ, ਅਤੇ ਪੈਨਸ਼ਨ ਜਿਹੜੀ ਹੋਵੇਗੀ ਉਹ ਉਹਨਾਂ ਨੂੰ ਜਿਹੜੀ ਹੈ ਕਿ ਨਹੀਂ ਉਹ ਵੀ ਆਜ਼ਾਦੀ ਜਿਹੜੀ ਆ ਉਹ ਪ੍ਰਾਪਤ ਹੋਵੇਗੀ ਇਹਦੇ ਵਿੱਚ, ਅਤੇ ਮੈਦਾਨੇ ਜੰਗ ਜਿਹੜਾ ਉਹ ਹੋਵੇਗਾ ਭਾਰਤ ਤੋਂ। ਭਾਰਤ ਦੇ ਵਿੱਚ ਬਹਾਦਰ ਸਿਰਲੱਥ ਯੋਧੇ ਜਿਹੜੇ ਨੇ ਉਹ ਤਲੀਆਂ 'ਤੇ ਸਿਰ ਧਰ ਕੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜਾਣਗੇ, ਇਹਦੇ ਵਾਸਤੇ ਅਸੀਂ ਕੋਈ ਓਹਲਾ ਨਹੀਂ ਰੱਖਦੇ, ਔਰ ਇਹ ਲੜਾਈ ਉਹਨਾਂ ਨੇ ਅੱਗੇ ਜਾ ਕੇ ਲੜੀ। ਡਾਕਟਰ ਸਾਹਿਬ, ਗਦਰ ਪਾਰਟੀ ਦੀ ਲੜਾਈ ਅੱਗੇ ਜਾ ਕੇ ਕਿਵੇਂ ਸ਼ੁਰੂ ਹੁੰਦੀ ਹੈ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ, ਲੇਕਿਨ ਅੱਜ ਦੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਜੀ। ਤੁਸੀਂ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਸ਼ੁਕਰੀਆ। ਗਦਰ ਪਾਰਟੀ ਦੀ ਇਸ ਲੜਾਈ ਬਾਰੇ ਅੱਗੇ ਵਿਸਥਾਰ ਦੇ ਵਿੱਚ ਸਾਨੂੰ ਜਾਣਕਾਰੀ ਦੇਣਗੇ ਡਾਕਟਰ ਸੰਧੂ, ਲੇਕਿਨ ਸਾਨੂੰ ਇੰਤਜ਼ਾਰ ਕਰਨਾ ਹੋਵੇਗਾ ਜੀ ਅਗਲੇ ਪ੍ਰੋਗਰਾਮ ਤੱਕ। ਹੁਣ ਦਾ ਸਮਾਂ ਸਮਾਪਤ ਹੈ, ਮੈਨੂੰ ਦਿਓ ਇਜਾਜ਼ਤ, ਤਦ ਤੱਕ ਲਈ ਸਤਿ ਸ੍ਰੀ ਅਕਾਲ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ।
ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।